सलाम नमस्ते सत श्री अकाल दोस्तों, मैं जी नीमर चनी ते तुसी देख रहे हो इस पंजाब लैके हाजिर हो गई हाँ एक बार फिर हैल्थ एंड फिटनेस शो। तो थानू पता है कि दोस्तों ये आप गल्लां करियां हैल्थ दे उपर ते फिटनेस दे। ते अज साडे नाल डॉक्टर साहब डॉक्टर हरमेश गर्ग जी आए हुए आ, आयुर्वेदिक डॉक्टर आ, थोड़े नाल अगे भी रूबरू हो चुके आ, तो करते हैं उन्हों का स्वागत। तो अज देखते हैं की लैके आए साडे लई। डॉक्टर साहब थैंक यू सो मच, गुड मॉर्निंग ते वेलकम। ਤੇ ਅੱਜ ਆਪਣੇ ਦਰਸ਼ਕਾਂ ਲਈ ਕੀ ਲੈ ਕੇ ਆਏ ਹਾਂ? ਜਿਸ ਤਰ੍ਹਾਂ ਅਸੀਂ ਪਹਿਲੇ ਗੈਸਟਰੋਇੰਟੇਸਟਾਈਨਲ ਟ੍ਰੈਕ ਬਾਰੇ ਡਿਸਕਸ ਕੀਤਾ ਸੀਗਾ, ਬੜਾ ਹੀ ਇੰਪੋਰਟੈਂਟ ਹੈ ਰੈਸਪੀਰੇਟਰੀ ਟ੍ਰੈਕ। ਬਿਲਕੁਲ, ਮੈਨੂੰ ਲੱਗਦਾ ਆਹ ਜਿਹੜਾ ਮੌਸਮ ਆ ਵੀ ਆ ਜਾਂ ਜਿੱਦਾਂ ਪਿਛਲਾ ਫਸਲਾਂ ਜਦੋਂ ਕੱਟ ਹੁੰਦੀਆਂ ਉਦੋਂ ਤੋਂ ਲੈ ਕੇ ਹੁਣ ਬਰਸਾਤਾਂ ਦਾ ਮੌਸਮ ਵੀ ਕਾਫੀ ਆਪਾਂ ਜੇ ਕਹਿ ਲਈਏ ਤੇ ਇਹਦੇ ਵਿੱਚ ਕਾਫੀ ਪ੍ਰੋਬਲਮਸ ਆਉਂਦੀਆਂ ਆ। ਹਾਂਜੀ, ਸਪੈਸ਼ਲੀ ਹੁਣ ਜਿੱਦਾਂ ਆਪਾਂ ਜੇ ਕਰੋਨਾ ਨੂੰ ਵੀ ਲੈ ਕੇ ਗੱਲ ਕਰੀਏ ਉਹਦੇ ਨਾਲ ਵੀ ਕਾਫੀ ਸਾਹ ਦੀਆਂ ਜਿਹੜੀਆਂ ਬਿਮਾਰੀਆਂ ਜਿੰਨੀਆਂ ਵੀ ਆ ਉਹਦੇ ਨਾਲ ਹੈਗਾ ਆ। ਤੇ ਪਹਿਲਾਂ ਥੋੜਾ ਕਿਹਦੇ ਬਾਰੇ ਦੱਸੋ ਦੋਸਤਾਂ ਨੂੰ। ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਇਹ ਕੀਤਾ ਸੀਗਾ ਵੀ ਸਾਡੀ ਜਿਹੜਾ ਆਯੁਰਵੇਦ ਹੈ ਇਹ ਪੰਜ ਤੱਤਾਂ ਦੀ ਸਾਇੰਸ ਹੈ, ਜਿਹਦੇ ਵਿੱਚ ਅਸੀਂ ਆਕਾਸ਼ ਵਾਯੂ ਜਲ ਅਗਨੀ ਪ੍ਰਿਥਵੀ, ਮਤਲਬ ਇਹ ਪੰਜ ਤੱਤਾਂ ਦੀ ਅਸੀਂ ਗੱਲ ਕੀਤੀ ਸੀ। ਤੇ ਬੜੀ ਦੇਰ ਤੋਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਵੀ ਜਿਉਂ ਜਿਉਂ ਇਹ ਤੱਤ ਦੂਸ਼ਿਤ ਹੋਈ ਜਾਂਦੇ ਨੇ, ਜਿਹੜਾ ਜਿਹੜਾ ਤੱਤ ਖਰਾਬ ਹੋਈ ਜਾਂਦਾ ਉਦੋਂ ਉਹਦਾ ਪ੍ਰੋਬਲਮਸ ਵਧੀ ਜਾ ਰਹੇ ਹੈ। ਹੁਣ ਇਸ ਟਾਈਮ ਦੇ ਜ਼ਮਾਨੇ ਦੇ ਵਿੱਚ ਸਾਡੇ ਲਗਭਗ ਇੱਕ ਅਗਨੀ ਨੂੰ ਛੱਡ ਕੇ ਸਾਰੇ ਤੱਤ ਦੂਸ਼ਿਤ ਹੋ ਚੁੱਕੇ ਆ। ਜੇ ਅਸੀਂ ਦੇਖੀਏ ਸਾਡੀ ਵਾਯੂ ਹੈ ਉਹ ਖਰਾਬ ਹੋ ਚੁੱਕੀ ਹੈ, ਜਲ ਹੈ ਉਹ ਖਰਾਬ ਹੋ ਚੁੱਕਿਆ ਹੈ, ਪ੍ਰਿਥਵੀ ਸਾਡੀ ਉਹ ਖਰਾਬ ਹੋ ਚੁੱਕੀ ਹੈ। ਸਿਰਫ ਅਗਨੀ ਜਿਹੜੀ ਉਹਨੂੰ ਜਲਾਉਂਦੀ ਹੈ, ਜਿਹੜੀ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਖਤਮ ਕਰਦੀ ਹੈ। ਅਗਨੀ ਇੱਕ ਪਿਓਰ ਹੈ ਇਸ ਟਾਈਮ 'ਤੇ, ਜਿਹੜੀ ਐਨਰਜੀ ਹੈ, ਜਿਹੜੀ ਐਨਰਜੀ ਪੈਸੇ ਪੈਸੇ ਕਹਿੰਦੇ ਵੀ ਬੜੇ ਸਿਧਾਂਤ ਨੇ ਵੀ ਐਨਰਜੀ ਵੀ ਕਦੇ ਡਿਸਟਰੋਏ ਨਹੀਂ ਕੀਤੀ ਜਾਂਦੀ, ਇੱਕ ਫੋਰਮ ਤੋਂ ਦੂਜੀ ਫੋਰਮ 'ਚ ਕਨਵਰਟ ਹੋ ਜਾਂਦੀ ਹੈ, ਜਿਵੇਂ ਐਨਰਜੀ ਹੈ ਉਦਾਂ ਹੀ ਐਨਰਜੀ ਦੀ ਹੈ। ਹੁਣ ਪਹਿਲੇ 'ਚ ਅਸੀਂ ਗੱਲ ਕੀਤੀ ਸੀ ਗੈਸਟਰੋਇੰਟੇਸਟਾਈਨਲ ਟ੍ਰੈਕ ਦੀ, ਜੋ ਕੁਛ ਅਸੀਂ ਖਾਂਦੇ ਹਾਂ ਉਹ ਜਿਹੜਾ ਖਾਣਾ ਸਾਡਾ ਜਲ ਜਾਂ ਪ੍ਰਿਥਵੀ ਤੱਤ ਪ੍ਰਧਾਨ ਹੁੰਦਾ, ਜਾਂ ਤਾਂ ਕੋਈ ਸੋਲਿਡ ਚੀਜ਼ ਖਾਂਦੇ ਹਾਂ ਜਾਂ ਅਸੀਂ ਲਿਕੁਇਡ ਪੀਂਦੇ ਹਾਂ, ਉਹਦੇ ਨਾਲ ਵੀ ਬੰਦੇ ਨੂੰ ਜੀ ਆਈ ਟ੍ਰੈਕ ਦੀਆਂ ਕਿੰਨੀਆਂ ਪ੍ਰੋਬਲਮ ਸ਼ੁਰੂ ਹੋ ਗਈਆਂ, ਕਿਉਂਕਿ ਸਾਡੇ ਉਹ ਦੋ ਤੱਤ ਦੂਸ਼ਿਤ ਹੋ ਚੁੱਕੇ ਨੇ। ਹੁਣ ਜੇ ਅਸੀਂ ਸਾਹ ਦੀ ਗੱਲ ਕਰਦੇ ਹਾਂ ਵੀ ਬੰਦੇ ਨੂੰ ਜਿਹੜੀ ਰੈਸਪੀਰੇਟਰੀ ਟ੍ਰੈਕ ਦੀ ਗੱਲ ਕਰਦੇ ਹਾਂ, ਉਹਦੇ 'ਚ ਮੇਜਰਲੀ ਤਾਂ ਅੰਦਰ ਵਾਯੂ ਜਾਣੀ ਹੈ, ਹਵਾ ਹੀ ਜਾਣੀ ਹੈ ਅੰਦਰ, ਸਾਡੀ ਹਵਾ ਦਾ ਤੱਤ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕਿਆ, ਚਾਹੇ ਉਹ ਕਰੋਨਾ ਹੀ ਕਿਉਂ ਨਾ ਹੋਵੇ, ਕਰੋਨਾ ਇਸ ਟਾਈਮ 'ਤੇ ਹਵਾ ਦੇ ਵਿੱਚ ਹੀ ਫੈਲਿਆ ਹੋਇਆ। ਸਾਡੀ ਹਵਾ ਦੇ ਅੰਦਰ ਕੁਛ ਇੱਦਾਂ ਦਾ ਚੀਜ਼ ਪੈਦਾ ਹੋ ਚੁੱਕੀ ਹੈ ਜਿਹੜਾ ਕਰੋਨਾ ਨੂੰ ਸਰਵਾਈਵ ਉਹਦੇ ਅੰਦਰ ਕਰ ਰਿਹਾ, ਨਹੀਂ ਤਾਂ ਜੇ ਸਾਡੀ ਜਿਹੜੀ ਹਵਾ ਦਾ ਤੱਤ ਬਿਲਕੁਲ ਸ਼ੁੱਧ ਹੋਵੇ ਤਾਂ ਇੱਦਾਂ ਦਾ ਕੋਈ ਵਾਇਰਸ ਬੈਕਟੀਰੀਆ ਜਿਹੜਾ ਸਾਨੂੰ ਹਾਰਮਫੁਲ ਹੋਵੇ ਉਹਦਾ ਸਰਵਾਈਵ ਹੀ ਨਹੀਂ ਕਰ ਸਕਦਾ। ਕੁਦਰਤ ਦਾ ਰੂਲ ਹੈ, ਨਹੀਂ ਕੁਦਰਤੀ ਮਤਲਬ ਜਿਹੜੀ ਚੀਜ਼ਾਂ ਨੂੰ ਅਸੀਂ ਸਾਰੇ ਤੱਤਾਂ ਨੂੰ ਦੂਸ਼ਿਤ ਕਰਤਾ ਤਾਂ ਇਹ ਇੱਕ ਤਰ੍ਹਾਂ ਦਾ ਕੁਦਰਤ ਨੇ ਵੀ ਸਾਨੂੰ ਜੇ ਆਪਾਂ ਜਿੱਦਾਂ ਉਹ ਵੀ ਚਲੋ ਸਬਜੈਕਟ ਦਾ ਆਪਣਾ ਹੋ ਰਿਹਾ ਤੇ ਅਸੀਂ ਇਨਸਾਨ ਹੀ ਆ ਨਾ, ਇਹਨਾਂ ਚੀਜ਼ਾਂ ਦੂਸ਼ਿਤ ਕਰਦੇ ਬਿਲਕੁਲ, ਚਾਹੇ ਉਹ ਪਾਣੀ ਆ ਚਾਹੇ ਹਵਾ ਆ ਚਾਹੇ ਮਿੱਟੀ ਹੈਗੀ ਆ, ਹਰ ਇੱਕ ਚੀਜ਼ ਨੂੰ ਨਾ ਆਪਣੇ ਇਨਸਾਨ ਜਿਹੜੇ ਇਹਨਾਂ ਨੇ ਹੀ ਖਰਾਬ ਕੀਤਾ ਆ। ਤੇ ਜੇਕਰ ਫਿਰ ਉਹੀ ਆ ਵੀ ਜੇ ਅਸੀਂ ਇਹਨਾਂ ਦਾ ਟੇਕ ਦੈਟ ਫੋਰ ਗ੍ਰਾਂਟਿਡ ਤਾਂ ਫਿਰ ਐਂਡ ਆਫ ਤਾਂ ਆਪਾਂ ਹੋਣਾ ਹੀ ਆ, ਫਿਰ ਬਿਮਾਰੀਆਂ ਤਾਂ ਆਪਾਂ ਲੱਗਣੀਆਂ ਆ। ਤੇ ਚਲੋ ਉਹ ਤਾਂ ਆਪਾਂ ਬਹੁਤ ਹੀ ਵੱਡਾ ਮੁੱਦਾ ਆ, ਡਿਸਕਸ ਵੀ ਨਹੀਂ ਆਪਾਂ ਇਸ ਟਾਈਮ ਕਰਨਾ ਚਾਹੁੰਦੇ ਤੇ ਨਾ ਹੋਣਾ ਹੀ ਆ। ਤੇ ਆਯੁਰਵੇਦਿਕ ਕਿਹੜੀਆਂ ਕਿਹੜੀਆਂ ਜਿੱਦਾਂ ਦਵਾਈਆਂ ਆਪਾਂ ਹੈਗੀਆਂ ਕਿ ਪਹਿਲਾਂ ਤਾਂ ਥੋੜ੍ਹਾ ਜਿਹਾ ਇਹਨੂੰ ਵਿਸਤਾਰ ਦੇ ਨਾਲ ਵੀ ਇਹ ਚੀਜ਼ ਜਿਹੜੀ ਆ ਸਟਾਰਟ ਕਿੱਦਾਂ ਹੁੰਦੀ ਆ? ਦੇਖੋ ਜੀ, ਅਸੀਂ ਮੇਨ ਜਿਹੜੀ ਇਹ ਸਾਹ ਦੀਆਂ ਪ੍ਰੋਬਲਮਸ ਨੇ ਜਾਂ ਸਾਹ ਵਾਲੀ ਨਾਲੀ ਦੀਆਂ ਪ੍ਰੋਬਲਮਸ ਕਹੀਏ, ਅਸੀਂ ਅਪਰ ਤੇ ਲੋਅਰ ਦੋ ਦੇ ਵਿੱਚ ਡਿਵਾਈਡ ਕਰਦੇ ਹਾਂ। ਲੋਅਰ ਟਰੈਕ ਹੁੰਦੇ ਸਾਡੇ ਸਾਡੇ ਟ੍ਰੇਕਿਆ ਤੋਂ ਉੱਪਰ, ਜਿਸ ਤਰ੍ਹਾਂ ਸਾਡੇ ਜਿੱਥੇ ਸਾਡੇ ਹਵਾ ਕ੍ਰੋਸ ਕਰਦੀ, ਹਵਾ ਐਂਟਰ ਕਰਦੀ ਹੈ, ਸਭ ਤੋਂ ਵੱਧ ਨੱਕ 'ਚ ਐਂਟਰ ਕਰਦੀ ਹੈ ਹਵਾ, ਫਿਰ ਸਾਹ ਲੈਂਦੇ ਹਾਂ, ਫਿਰ ਸਾਡੇ ਮੂੰਹ 'ਚ ਜੀ ਆਈ ਟਰੈਕ ਸਾਡੇ ਟ੍ਰੇਕਿਆ 'ਚੋਂ ਐਂਟਰ ਕਰਦੀ ਹੋਈ ਸਾਡੇ ਲੰਗਸ ਦੇ ਵਿੱਚ ਚੰਗੀ ਜਾਂਦੀ। ਜਿਹੜੇ ਉਸ ਤੋਂ ਅਪਰ ਵਾਲੇ ਪਾਰਟਸ ਮੇਂ ਜੇ ਸਾਡਾ ਨੱਕ ਹੋ ਗਿਆ, ਨੱਕ ਤੋਂ ਇਲਾਵਾ ਸਾਡੀ ਜਿਹੜੀ ਸਾਡੇ ਉੱਪਰ ਫੇਸ ਦੇ ਵਿੱਚ ਜਿਹੜੀਆਂ ਬੋਨਸ ਨੇ ਅੰਦਰੋਂ ਖਾਲੀ ਹੁੰਦੀਆਂ ਕੁਛ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਾਇਨਸ ਕਹਿੰਦੇ ਅਸੀਂ, ਜਿਹਦੇ ਵਿੱਚ ਸਾਡੇ ਕੋਲ ਸਾਹਮਣੇ ਸਾਡੇ ਇੱਥੇ ਫਰੰਟਲ ਲੋਅ ਦੇ ਵਿੱਚ ਹੁੰਦੀਆਂ, ਆਈਜ਼ ਦੇ ਬੈਕ ਸਾਈਡ 'ਤੇ ਹੁੰਦੀਆਂ, ਨੋਜ਼ ਦੇ ਇੱਥੇ ਖਾਲੀ ਹੁੰਦੀਆਂ, ਫਿਰ ਸਾਡੀ ਇਹ ਮੈਗਜ਼ੀਲੀ ਬੋਨਸ ਹੁੰਦੀਆਂ, ਇਹਨਾਂ ਦੇ ਅੰਦਰ ਬੋਨਸ ਖਾਲੀ ਹੁੰਦੀਆਂ। ਇਹ ਸਾਰੀਆਂ ਸਾਰੀਆਂ ਜਿਹੜੀਆਂ ਬੋਨਸ ਨੇ ਇਹ ਸਾਡੀਆਂ ਅੰਦਰੋਂ ਓਪਨ ਹੋਣ ਦੀ ਇੱਕ ਓਪਨਿੰਗ ਹੁੰਦੀ ਹੈ ਸਾਰੀ ਨੋਜ਼ ਦੇ ਅੰਦਰ, ਸਾਰੀਆਂ ਸਾਡੀ ਨੇਜ਼ਲ ਕੈਪਟੀ ਦੇ ਅੰਦਰ ਓਪਨ ਹੋ ਜਾਂਦੀਆਂ ਜਾ ਕੇ। ਅਤੇ ਫਿਰ ਉਸ ਤੋਂ ਬਾਅਦ ਨੀਚੇ ਸਾਡਾ ਟੌਨਸਲ ਵਗੈਰਾ ਹੋ ਗਏ,
ਜਿਵੇਂ ਉਹਦਾ ਟੌਨਸਲ ਤਾਂ ਇੱਕ ਤਰ੍ਹਾਂ ਦਾ ਮਤਲਬ ਜਿਵੇਂ ਟੌਨਸਲਾਈਟਿਸ ਹੋ ਜਾਂਦਾ ਕਈ ਬੰਦਿਆਂ ਨੂੰ ਤਾਂ ਉਹ ਨੀਚੇ ਨੀਚੇ ਇਨਫੈਕਸ਼ਨ ਹੁੰਦੀ ਹੈ ਟੌਨਸਲਾਈਟਿਸ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਵੀ ਕਈ ਵਾਰੀ ਨੀਚੇ ਇਨਫੈਕਸ਼ਨ ਹੋਰ ਚਲੀ ਜਾਂਦੀ ਹੈ ਸਾਡੇ ਲੰਗਸ ਅੰਦਰ ਤਾਂ ਲੰਗਸ ਅੰਦਰ ਕਿੰਨੇ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਹੈ ਕਈ ਵਾਰੀ ਬੈਕਟੀਰੀਅਲ ਹੋ ਸਕਦੀ ਹੈ ਵਾਇਰਲ ਹੋ ਸਕਦੀ ਹੈ ਅਲਰਜਿਕ ਹੋ ਸਕਦੀ ਹੈ ਇਹ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਅੱਜ ਮੈਂ ਇਹਨਾਂ 'ਚ ਮਤਲਬ ਇਹ ਬਹੁਤ ਹੀ ਵਾਈਡ ਸਬਜੈਕਟ ਹੈ ਡਿਸਕਸ਼ਨ ਕਰਨ ਵਾਲਾ ਪਰ ਇਹ 'ਚ ਅਸੀਂ ਮੇਨ ਕੁਛ ਕੋਲਡ ਐਂਡ ਸਾਇਨਸ ਬਾਰੇ ਮੈਂ ਥੋੜ੍ਹਾ ਜਿਹਾ ਅੱਜ ਤੁਹਾਨੂੰ ਬਿਲਕੁਲ ਕਿਉਂਕਿ ਇੱਕ ਇੱਕ ਚੀਜ਼ ਬਾਰੇ ਆਪਾਂ ਜੇ ਦੱਸਾਂਗੇ ਤਾਂ ਖੁੱਲ੍ਹ ਕੇ ਕਿ ਉੱਤੇ ਆਪਾਂ ਗੱਲ ਕਰ ਸਕਦੇ ਹਾਂ ਸਾਇੰਸ ਦੀ ਪ੍ਰੋਬਲਮ ਜਿੱਦਾਂ ਮਜੋਰਟੀ ਔਫ ਜਿੱਦਾਂ ਅੱਜ ਕੱਲ੍ਹ ਆਮ ਹੀ ਬਣ ਗਈ ਆ ਜੇ ਦੇਖਣ ਨੂੰ ਦੇਖਿਆ ਜਾਵੇ ਤਾਂ ਮੇਰੇ ਵੀ ਜਿੱਦਾਂ ਆਹ ਚੀਜ਼ਾਂ ਜਿਹੜੀਆਂ ਆ ਅੱਖਾਂ 'ਤੇ ਵੀ ਤੁਹਾਡੇ ਪ੍ਰੈਸ਼ਰ ਰਹਿੰਦਾ ਆ ਆਹ ਚੀਜ਼ਾਂ ਵੀ ਸੁੱਜ ਜਾਂਦੀਆਂ ਆ ਕਿਉਂਕਿ ਬਰੀਦਿੰਗ ਦੀ ਐਲਰਜੀ ਦੀ ਪ੍ਰੋਬਲਮ ਜਿਹੜੀ ਹੈਗੀ ਆ ਮੈਂ ਖੁਦ ਵੀ ਬਹੁਤ ਹੀ ਸਫ਼ਰ ਕਰਦੀ ਹਾਂ ਅਤੇ ਜੇ ਤੁਸੀਂ ਐਲੋਪੈਥੀ ਜਿਹਨੂੰ ਆਪਾਂ ਇੰਗਲਿਸ਼ ਮੈਡੀਸਨ ਕਹਿ ਲਈ ਉਹ ਵੀ ਲੈਂਦੇ ਹਾਂ ਤਾਂ ਉਹਦੇ ਨਾਲ ਤੁਹਾਨੂੰ ਨਸ਼ਾ ਹੀ ਇੰਨਾ ਕੁ ਹੋ ਜਾਂਦਾ ਤੁਸੀਂ ਡਿਊਰਿੰਗ ਦ ਡੇ ਤੁਸੀਂ ਲੈ ਲੈਂਦੇ ਹਾਂ ਤਾਂ ਕੰਮ ਕਰਨ ਦੇ ਕੈਪੇਬਲ ਨਹੀਂ ਰਹਿੰਦੇ ਹੈਗੇ ਅਤੇ ਇਹਦੇ ਵਿੱਚ ਪਹਿਲਾਂ ਤਾਂ ਤੁਸੀਂ ਸਾਇੰਸਿਸ ਬਾਰੇ ਦੱਸੋ ਕਿ ਸਾਇੰਸਿਸ ਜਿਹੜੀ ਉਹੀ ਹੈ ਪ੍ਰੋਬਲਮ ਜਿਹੜੀ ਆ ਸਟਾਰਟ ਕਿੱਦਾਂ ਅਤੇ ਕਿਉਂ ਹੁੰਦੀ ਆ ਅਤੇ ਕੀ ਜਿਹੜੇ ਇਹਦੇ ਇਫੈਕਟਸ ਹੈਗੇ ਆ ਬਿਲਕੁਲ ਜੀ ਦੇਖੋ ਜੀ ਸਾਇਨਸ ਕੀ ਹੈ ਸਾਡੀਆਂ ਇੱਥੇ ਬੋਨਸ ਓਪਨ ਨੇ ਖਾਲੀ ਨੇ ਕੁਦਰਤ ਨੇ ਸਾਨੂੰ ਬੋਨਸ ਖਾਲੀ ਕਿਉਂ ਦਿੱਤੀਆਂ ਜਦੋਂ ਅਸੀਂ ਬਾਈ ਚਾਂਸ ਸਾਡੀਆਂ ਬੋਨਸ ਸਾਰੀਆਂ ਖਾਲੀ ਨਾ ਹੁੰਦੀਆਂ ਭਰੀਆਂ ਹੁੰਦੀਆਂ ਤਾਂ ਅਸੀਂ ਆਵਾਜ਼ ਵੀ ਨਹੀਂ ਸੀ ਕਰ ਸਕਦੇ ਸਾਡੀ ਸਾਊਂਡ ਵੀ ਨਹੀਂ ਸੀ ਨਿਕਲਣੀ ਜੇ ਅਸੀਂ ਬੋਲਦੇ ਹਾਂ ਉਹ ਰੈਵਨੈਂਸ ਕ੍ਰੀਏਟ ਹੁੰਦੀ ਹੈ ਰੈਵਨੈਂਸ ਨਾਲ ਸਾਡੀ ਆਵਾਜ਼ ਬਾਹਰ ਆਉਂਦੀ ਹੈ ਇੱਕ ਤਰ੍ਹਾਂ ਜੇ ਅਸੀਂ ਕਈਏ ਬੰਦੇ ਨੂੰ ਆਪਾਂ ਆਮ ਕਰਕੇ ਕੋਈ ਵਿਸਲਿੰਗ ਕਰਦੇ ਹਾਂ ਸਿਟੀ ਵਜਾਉਂਦੇ ਹਾਂ ਤਾਂ ਉਹਦੇ ਅੰਦਰ ਜੇ ਉਹ ਪ੍ਰੋਪਰ ਸਿਸਟਮ ਨਾ ਹੋਵੇ ਤਾਂ ਵਿਸਲ ਵੱਜੇਗੀ ਨਹੀਂ ਸਹੀ ਆ ਉਹਦੇ ਖਾਲੀ ਹਵਾ ਕ੍ਰੋਸ ਹੋ ਜਾਏਗੀ ਲਾਈਕ ਦੈਟ ਜੇ ਸਾਡੇ ਕੋਲ ਇਹ ਸਾਰਾ ਸਿਸਟਮ ਨਾ ਹੁੰਦਾ ਜੇ ਨੇਚਰ ਨੇ ਕੁਦਰਤ ਨੇ ਇਹ ਸਿਸਟਮ ਨਾ ਕ੍ਰੀਏਟ ਕੀਤਾ ਹੁੰਦਾ ਵੀ ਸਾਇੰਸਿਸ ਨੂੰ ਨਾ ਬਣਾਇਆ ਹੁੰਦਾ ਤਾਂ ਸਾਡੀ ਆਵਾਜ਼ ਦੀ ਰੈਵਨੈਂਸ ਜਿਹੜੀ ਅਸੀਂ ਬੋਲਦੇ ਹਾਂ ਸਾਡੀ ਸਾਊਂਡ ਉਹ ਨਹੀਂ ਸੀ ਬਣਨੀ ਹੁਣ ਉਹ ਬੋਨਸ ਜਿਹੜੀਆਂ ਸਾਡੀਆਂ ਅੰਦਰੋਂ ਜਿਹੜੀਆਂ ਸਾਇਨਸ ਨੇ ਸਾਰੀਆਂ ਬੋਨਸ ਖਾਲੀ ਨੇ ਉਹਨਾਂ ਅੰਦਰ ਇੱਕ ਮੈਂਬਰਨ ਹੁੰਦੀ ਹੈ ਮਿਊਕਸ ਮੈਂਬਰਨ ਕਹਿੰਦੇ ਹਾਂ ਅਸੀਂ ਹਰੇਕ ਦੇ ਅੰਦਰ ਮੈਂਬਰਨ ਚੜੀ ਹੁੰਦੀ ਹੈ ਜਿਵੇਂ ਸਾਡੇ ਮੂੰਹ ਦੇ ਅੰਦਰ ਮੈਂਬਰਨ ਹੈ ਨੱਕ ਦੇ ਅੰਦਰ ਮੈਂਬਰਨ ਹੈ ਅੱਖ ਦੇ ਅੰਦਰ ਮੈਂਬਰਨ ਹੈ ਇਹ ਇੱਕ ਪ੍ਰੋਟੈਕਟਿਵ ਮੈਂਬਰਨ ਹੈ ਇਹ ਸਾਰੇ ਅੰਦਰ ਮਤਲਬ ਸਾਡੀ ਦੇ ਚੜੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਿਹੜੀਆਂ ਇਹ ਸਾਰੀਆਂ ਸਾਇਨਸ ਹੁੰਦੀਆਂ ਇਹ ਨਾ ਇੱਕੋ ਕੈਪਟੀ ਦੇ ਅੰਦਰ ਓਪਨ ਹੁੰਦੀਆਂ ਸਾਡੀ ਨੈਲ ਕੈਪਟੀ ਦੇ ਅੰਦਰ ਜਦੋਂ ਕੋਈ ਅਲਰਜਨ ਕੋਈ ਅਲਰਜਿਕ ਚੀਜ਼ ਹੈ ਸਾਡੇ ਹਵਾ ਦੇ ਥਰੂ ਸਾਡੇ ਨੱਕ ਦੇ ਥਰੂ ਐਂਟਰ ਕਰਦੀ ਹੈ ਸਾਇਨਸ ਦੇ ਅੰਦਰ ਚਲੀ ਜਾਂਦੀ ਹੈ ਜਾਂ ਸਾਡਾ ਕੋਈ ਇਹ ਸਮਝੋ ਵੀ ਨੱਕ ਬੰਦ ਰਹਿੰਦਾ ਅੱਗੇ ਤੋਂ ਅਤੇ ਸਾਇਨਸ ਦੇ ਅੰਦਰ ਜਿਹੜੇ ਸਕ੍ਰੀਸ਼ਨਸ ਨੇ ਉਹ ਡੇਨ ਹੋ ਕੇ ਨੱਕ ਰਾਹੀਂ ਬਾਹਰ ਹੀ ਨਹੀਂ ਨਿਕਲਦੇ ਅੰਦਰ ਹੀ ਇਕੱਠੇ ਹੋ ਜਾਂਦੇ ਨੇ ਤਾਂ ਉੱਥੇ ਜਿਹੜੀ ਉਹ ਮੈਂਬਰਾਂ ਨੇ ਸਭ ਤੋਂ ਪਹਿਲਾਂ ਉਹਦੇ 'ਤੇ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਨੂੰ ਕਹਿੰਦੇ ਇਨਫਲਾਮੇਸ਼ਨ ਹੋ ਗਈ ਜਦੋਂ ਇਨਫਲੇਮਡ ਹੋ ਜਾਂਦੀ ਹੈ ਇਨਫਲੇਮੇਸ਼ਨ ਦੀ ਸਟੇਜ ਦੇ ਉੱਪਰ ਫਿਰ ਸਾਡੀਆਂ ਜਿਹੜੀ ਸਾਇਨਸ ਸਾਡੀ ਇਨਫਲੇਮਡ ਹੁੰਦੀ ਹੈ ਫਿਰ ਉਹ ਪੇਨ ਕਰਨਾ ਸ਼ੁਰੂ ਕਰਦੀ ਹੈ ਜੇ ਅੱਖਾਂ ਦੇ ਅਰਾਊਂਡ ਪੇਨ ਹੋਣਾ ਫੋਰਹੈਡ ਦੇ ਸਾਹਮਣੇ ਪੇਨ ਸ਼ੁਰੂ ਹੋਣਾ ਸਾਡੇ ਅੱਪਰ ਜਾਅ ਦੇ ਵਿੱਚ ਇੱਥੇ ਮੈਗਜ਼ਲੀ ਬੋਨ ਦੇ ਅੰਦਰ ਪੇਨ ਸ਼ੁਰੂ ਹੋ ਜਾਣਾ ਤਾਂ ਜਾਂ ਫਿਰ ਜਿਸ ਟਾਈਮ 'ਤੇ ਅਸੀਂ ਨੋਜ਼ ਬਲੋ ਕਰੀਏ ਤਾਂ ਬਲੋ ਕਰਨ ਨਾਲ ਅੰਦਰੋਂ ਗ੍ਰੀਨ ਕਲਰ ਦੀ ਸਵੇਰੇ ਮਤਲਬ ਜਾਂ ਡਾਰਕ ਯੈਲੋ ਕਲਰ ਦਾ ਮਿਊਕਸ ਬਾਹਰ ਨਿਕਲਣਾ ਮਤਲਬ ਇਹ ਅਰਲੀ ਸਿਮਟਮ ਸਾਨੂੰ ਸਿਮਟਮ ਲੱਗ ਜਾਂਦੇ ਨੇ ਪਤਾ ਵੀ ਇਹ ਹੁਣ ਇਹ ਸਾਇਨਸ ਦੀ ਪ੍ਰੋਬਲਮ ਹੈ ਬੰਦੇ ਪਹਿਲਾਂ ਤਾਂ ਇਹ ਚੀਜ਼ ਨਹੀਂ ਪਤਾ ਲੱਗਦਾ ਵੀ ਪ੍ਰੋਬਲਮ ਕੀ ਹੈ ਅਸੀਂ ਪਹਿਲਾਂ ਕੋਲਡ ਕੋਲਡ ਕਰ ਰਹੇ ਮੈਨੂੰ ਕੋਲਡ ਹੋਇਆ ਮੈਨੂੰ ਜ਼ੁਕਾਮ ਹੋਇਆ ਅਸੀਂ ਜ਼ੁਕਾਮ ਦੀ ਦਵਾਈ ਲਈ ਜਾਂਦੇ ਪਰ ਐਕਚੁਅਲ ਜ਼ੁਕਾਮ ਦਾ ਓਰੀਜਨ ਕੀ ਹੈ ਵੀ ਕਿੱਥੋਂ ਹੋ ਰਿਹਾ ਕੀ ਹੋ ਰਿਹਾ ਉਹ ਚੀਜ਼ ਵੱਲ ਅਸੀਂ ਧਿਆਨ ਨਹੀਂ ਦਿੰਦੇ ਤੇ ਕਿਹੜੀਆਂ ਇਹ ਆਪਾਂ ਜੇ ਗੱਲ ਕਰੀਏ ਆਯੁਰਵੈਦਿਕ ਮੈਡੀਸਿਨਸ ਹੈਗੀਆਂ ਆ ਜਿਹਦੇ ਨਾਲ ਇਹ ਤੋਂ ਰਿਲੀਫ ਮਿਲ ਸਕਦੀ ਆ ਜਾਂ ਇਹਨੂੰ ਆਪਾਂ ਪ੍ਰੋਪਰਲੀ ਕਿਉਰ ਹੋ ਸਕਦੀ ਆ ਹਾਂਜੀ ਹਾਂਜੀ ਇਹਦੇ 'ਚ ਹਾਂ ਕਿਉਰ ਤਾਂ ਕਰ ਸਕਦੇ ਹਾਂ ਇਹਨੂੰ ਕੋਈ ਨਹੀਂ ਸਭ ਤੋਂ ਪਹਿਲਾਂ ਜਿਵੇਂ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਵੀ ਸਭ ਤੋਂ ਪਹਿਲਾਂ ਇਹਦਾ ਕਾਰਨ ਕੀ ਹੈ ਅਸੀਂ ਕਾਰਨ ਹਟਾਉਣਾ ਕਾਰਨ ਅਸੀਂ ਦੇਖਣਾ ਕੀ ਹੈ ਦੇਖੋ ਜਿਹੜੀ ਵੀ ਜਦੋਂ ਸਾਇਨਸ ਦੀ ਪ੍ਰੋਬਲਮ ਹੈ ਬੈਕਟੀਰੀਅਲ ਤਾਂ ਬਹੁਤ ਦੇਰ ਬਾਅਦ 'ਚ ਹੁੰਦੀ ਹੈ ਜਿਵੇਂ ਅਸੀਂ ਐਲੋਪੈਥੀ ਕਹਿੰਦੇ ਹਾਂ ਅਸੀਂ ਜਦੋਂ ਉਸ ਟਾਈਮ ਐਂਟੀਬਾਇਓਟਿਕ ਲੈਣ ਦੀ ਜ਼ਰੂਰਤ ਪੈਂਦੀ ਹੈ ਪਹਿਲਾਂ ਉਸ ਤੋਂ ਪਹਿਲਾਂ ਅਰਲੀ ਸਟੇਜ ਅਲਰਜਿਕ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਅਲਰਜਨ ਦੇਖਣਾ ਵੀ ਸਾਨੂੰ ਅਲਰਜਨ ਕੀ ਹੈ ਮੰਨ ਲਓ ਅਸੀਂ ਪਹਿਲਾਂ ਹੀ ਗੱਲ ਕੀਤੀ ਸਾਡੀ ਹਵਾ ਸਾਰੀ ਦੂਸ਼ਿਤ ਹੋ ਚੁੱਕੀ ਹੈ ਹਵਾ ਸਾਡੀ ਖਰਾਬ ਹੋ ਚੁੱਕੀ ਹੈ ਜਿਸ ਹਵਾ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ ਉਹ ਹਵਾ ਹੀ ਸਾਡੀ ਗੰਦੀ ਹੈ ਜਦੋਂ ਹਵਾ ਉਹ ਐਂਟਰ ਕਰਦੀ ਹੈ ਸਾਡੇ ਸਾਹ ਦੀ ਨਾੜੀ 'ਚ ਪਹਿਲਾਂ ਸਾਡਾ ਫਸਟ ਲਾਈਨ ਆਫ ਡਿਫੈਂਸ ਸਾਡੀ ਹਵਾ ਐਂਟਰ ਕਰਦੀ ਹੈ ਨੱਕ ਦੇ ਅੰਦਰ ਹੁੰਦਾ ਨੱਕ ਦੇ ਅੰਦਰ ਕੁਛ ਹੇਅਰਸ ਹੁੰਦੇ ਨੇ ਕੁਛ ਸੀਲੀਅਸ ਹੁੰਦੇ ਨੇ ਤੋ ਸਾਡੀ ਮਿਊਕਸ ਗਲੈਂਡਸ ਹੁੰਦੀਆਂ ਉਹ ਕੀ ਕਰਦੀਆਂ ਸਾਡੀ ਗੰਦੀ ਹਵਾ ਨੂੰ ਸਾਫ਼ ਕਰਕੇ ਫਿਲਟਰ ਕਰਕੇ ਸਾਡੇ ਅੰਦਰ ਭੇਜਦੀਆਂ ਨੇ ਜੇ ਸਾਡਾ ਪਹਿਲੇ ਤੋਂ ਪਹਿਲੇ ਜਿਹੜਾ ਨੱਕ ਦੇ ਅੰਦਰ ਹੀ ਪ੍ਰੋਬਲਮ ਹੈ ਵੀ ਸਾਡਾ ਜਿਹੜਾ ਸੈਪਟਮ ਹੈ ਉਹ ਡਿਵੇਟ ਹੋਇਆ ਹੋਇਆ ਜਾਂ ਨੱਕ ਦੇ ਅੰਦਰ ਪੋਲਿਪਸ ਹੋਏ ਹੋਏ ਨੇ ਜਾਂ ਨੱਕ ਬਲੌਕ ਹੋਇਆ ਹੋਇਆ
ਤਾਂ ਪਹਿਲਾਂ ਇੱਥੇ ਓਬਜੈਕਸ਼ਨ ਮਿਲ ਗਈ ਸਾਨੂੰ, ਸਭ ਤੋਂ ਪਹਿਲਾਂ ਰੀਜ਼ਨ ਤਾਂ ਇੱਥੇ ਹੈ, ਸਭ ਤੋਂ ਪਹਿਲਾਂ ਅਸੀਂ ਇਸ ਚੀਜ਼ ਨੂੰ ਕਰੈਕਟ ਕਰੀਏ ਵੀ ਸਾਡੇ ਨੱਕ ਦੇ ਅੰਦਰ ਇਹ ਬਲੋਕਰਸ ਨੇ ਜਾਂ ਇਹ ਚੀਜ਼ਾਂ ਨੂੰ ਕਿੱਦਾਂ ਹੁੰਦਾ। ਇਹਦੇ ਵਿੱਚ ਮੇਨ ਪਹਿਲਾਂ ਹੀ ਹੈ ਵੀ ਗਰਮ ਪਾਣੀ ਦੇ ਗਾਰਗਲਸ ਕਰਨੇ, ਸਟੀਮ ਲੈਣੀ, ਇੱਕ ਪਹਿਲਾਂ ਇੱਕ ਇਸ ਚੀਜ਼ ਨੂੰ ਕੰਟਰੋਲ ਕਰਨ ਦਾ ਸਾਡਾ ਇੱਕ ਸਿਮਟਮ ਹੋ ਗਿਆ, ਇਸ ਨੂੰ ਕੰਟਰੋਲ ਕਰੀਏ। ਅਤੇ ਉਸ ਤੋਂ ਬਾਅਦ ਸਟੀਮ ਲੈਂਦੇ ਹਾਂ ਤਾਂ ਸਟੀਮ ਲੈਣਾ ਜੋ ਸਾਡਾ ਨੱਕ ਓਪਨ ਹੁੰਦਾ ਹੈ ਤਾਂ ਸਾਡੀ ਸਾਈਨਸ ਤੱਕ ਵੀ ਉਹ ਸਟੀਮ ਜਾਂਦੀ ਹੈ, ਤਾਂ ਉਹ ਸਾਈਨਸ ਵੀ ਉੱਥੋਂ ਡਰੇਨ ਹੋ ਕੇ ਜਿਹੜਾ ਵੀ ਉਹਨਾਂ ਦਾ ਬਾਹਰ ਆਉਂਦਾ। ਫਿਰ ਉਸ ਤੋਂ ਬਾਅਦ ਅਸੀਂ ਜਿਵੇਂ ਤੁਸੀਂ ਟ੍ਰੀਟਮੈਂਟ ਦੀ ਗੱਲ ਕੀਤੀ ਹੈ ਤਾਂ ਕੁਛ ਆਯੁਰਵੇਦ ਮੈਡੀਸਨ ਹੈਗੀਆਂ ਨੇ ਜਿਹੜੀਆਂ ਅਸੀਂ ਮੇਨ ਇਹਦੇ ਵਿੱਚ ਹਰਿਦਰਾ ਖੰਡ ਨਾਮ ਦੀ ਇੱਕ ਮੈਡੀਸਨ ਆਉਂਦੀ ਹੈ, ਹਰਿਦਰਾ ਖੰਡ, ਅਤੇ ਇੱਕ ਦਵਾਈ ਆਉਂਦੀ ਹੈ ਚਿਤਰ ਹਰਿਤਗੀ ਅਵਲੇ। ਠੀਕ, ਇਹ ਮਰੀਆਂ ਇੰਨੀਆਂ ਬਹੁਤ ਇਫੈਕਟਿਵ ਦਵਾਈਆਂ ਨੇ, ਜੇ ਕਿਸੇ ਬੰਦੇ ਨੂੰ ਕਿਸੇ ਵੀ ਦਵਾਈ ਦਾ ਨਹੀਂ ਹੈ, ਕਿਸੇ ਪ੍ਰਕਿਰਤੀ ਵਗੈਰਾ ਅਸੀਂ ਨਾ ਦੇਖ ਕੇ ਜੇ ਦੋ ਦਵਾਈਆਂ ਅਸੀਂ ਵੈਸੇ ਵੀ ਸ਼ੁਰੂ ਕਰ ਲਈਏ, ਹਰਿਦਰਾ ਖੰਡ ਅਤੇ ਚਿਤਰ ਹਰਿਤਗੀ ਅਵਲੇ, ਤਾਂ ਉਹਨੂੰ ਡੈਫੀਨੇਟਲੀ ਇਹਨਾਂ ਚੀਜ਼ਾਂ ਨਾਲ ਬਹੁਤ ਰਿਲੀਫ ਮਿਲੂਗਾ। ਉਸ ਤੋਂ ਪਹਿਲਾਂ ਇਹ ਦੇਖ ਲਏ ਮੈਨੂੰ ਕਿਸ ਚੀਜ਼ ਤੋਂ ਐਲਰਜੀ ਹੈ, ਤਾਂ ਨੱਕ ਥੋੜ੍ਹਾ ਬੰਦਾ ਪ੍ਰੋਪਰ ਹੋਵੇ, ਸਟੀਮ ਸਟੂਮ ਲੈਣੀ ਸ਼ੁਰੂ ਕਰੇ, ਤਾਂ ਇਹਨਾਂ ਚੀਜ਼ਾਂ ਨਾਲ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ, ਧੀਰੇ ਧੀਰੇ ਪ੍ਰੋਬਲਮ ਇਹ ਕਾਫੀ ਕਵਰ ਹੋ ਜਾਂਦੀ ਹੈ। ਅਤੇ ਜਿਹੜੀਆਂ ਤੁਸੀਂ ਮੈਡੀਸਨ ਦੋ ਦੇ ਨਾਂ ਲਏ ਆ, ਅਤੇ ਇਹਨਾਂ ਦੀ ਜਿੱਦਾਂ ਡੋਸਿਸ ਜਿਹੜੀ ਹੈਗੀ ਆ ਉਹ ਕਿੰਨੀ ਕਿੰਨੀ ਅਤੇ ਕਿੱਦਾਂ ਕਿੱਦਾਂ ਲੈ ਸਕਦਾ ਇਨਸਾਨ, ਕਿਉਂਕਿ ਕੋਈ ਵੀ ਮੈਡੀਸਨ ਹੈਗੀ ਆਫ ਕੋਰਸ ਉਹਦੀ ਡੋਸਿਸ ਤਾਂ ਹੋਣਗੀਆਂ ਨੇ ਆਯੁਰਵੈਦਿਕ ਵਿੱਚ ਵੀ। ਜਿਹੜੀ ਹਰਿਦਰਾਖੰਡ ਹੈ ਜੀ, ਹਰਿਦਰਾਖੰਡ ਦੇ ਵਿੱਚ ਮੇਨ ਜਿਹੜੀ ਹਲਦੀ ਇੱਕ ਕੰਟੈਂਟ ਹੈ ਉਹਦੇ 'ਚ, ਓਕੇ, ਹਲਦੀ ਹੈ ਉਹਦੇ 'ਚ ਪਈ ਹੋਈ, ਹਲਦੀ ਨਾਲ ਕੁਛ ਹੋਰ ਸਾਡੀਆਂ ਕਾਫੀ ਜੜੀ ਬੂਟੀਆਂ ਪਈਆਂ ਹੋਈਆਂ, ਅਤੇ ਨਾਲ ਥੋੜ੍ਹਾ ਜਿਹਾ ਖੰਡ ਦਾ ਮਤਲਬ ਸ਼ੂਗਰ ਵੀ ਪਈ ਹੋਈ ਹੈ ਉਹਦੇ 'ਚ, ਜਿਵੇਂ ਆਪਾਂ ਮਿਸ਼ਰੀ ਵਗੈਰਾ ਕਹਿ ਦਿੰਦੇ ਹਾਂ, ਉਹਦੇ 'ਤੇ ਬੇਸ 'ਤੇ ਬਣਾ ਕੇ ਬਣਾਈ ਗਈ ਹੈ, ਅਤੇ ਅਸੀਂ ਉਹਨੂੰ ਸਟਾਰਟਿੰਗ ਤੋਂ ਹਾਫ ਟੀਸਪੂਨ ਹਾਫ ਚਮਚ ਤੋਂ ਨਾ, ਇਹ ਸਾਡੀ ਪਾਊਡਰ ਚਾਹੁੰਦੀ ਹੈ, ਪਾਊਡਰ ਫੋਮ ਚਾਹੁੰਦੀ ਹੈ, ਜੇ ਇੱਦਾਂ ਵੀ ਨਹੀਂ ਹੈ ਕਿਸੇ ਨੇ ਪਾਣੀ 'ਚ ਘੋਲ ਕੇ ਵੀ ਲੈ ਸਕਦਾ ਹੈ, ਥੋੜ੍ਹਾ ਦੁੱਧ ਲੈ ਲਓ, ਦੁੱਧ 'ਚ ਘੋਲ ਕੇ ਵੀ ਲੈ ਸਕਦਾ, ਉਹਨੂੰ ਕਿੱਦਾਂ ਮਿਕਸ ਕਰਕੇ ਤੁਸੀਂ ਉਹਨੂੰ ਪੀ ਲਓ। ਜੇ ਨਹੀਂ ਕਿਸੇ ਬੰਦੇ ਨੂੰ ਇੱਦਾਂ ਲੈਣ ਦੇ ਵਿੱਚ ਕੋਈ ਗਲੇ 'ਚ ਪ੍ਰੋਬਲਮ ਹੋ ਰਹੀ ਹੈ, ਤਾਂ ਇਹ ਹਾਫ ਸਪੂਨ ਕਿੰਨੇ ਟਾਈਮ ਫਿਰ ਲੈ ਸਕਦੇ ਹਾਂ? ਸਵੇਰੇ ਸ਼ਾਮ ਲਓ ਜੀ, ਦੋ ਟਾਈਮ ਸਵੇਰੇ ਸ਼ਾਮ ਲਓ, ਜੇ ਸਿੱਧੀ ਲੈਣੀ ਹੈ ਤਾਂ ਗਰਮ ਪਾਣੀ ਨਾਲ ਲਓ, ਤਾਂ ਇਹਦੇ ਨਾਲ ਸਾਡੀ ਇਮਿਊਨਿਟੀ ਹੈ ਜੀ ਬੋਡੀ ਦੀ ਧੀਰੇ 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 ਬਿਲਡ ਹੋਣੀ ਸ਼ੁਰੂ ਹੋ ਜਾਏਗੀ, ਕਿਉਂਕਿ ਦੇਖੋ ਅਸੀਂ ਹੁਣ ਹਵਾ ਤਾਂ ਦੂਸ਼ਿਤ ਹੋ ਗਈ, ਉਹਦਾ ਚੇਂਜ ਨਹੀਂ ਕਰ ਸਕਦੇ, ਕਰਨ ਤੋਂ ਅਸੀਂ ਆਪਣੇ ਆਪ ਨੂੰ ਸਟਰੋਂਗ ਕਰ ਸਕਦੇ ਹਾਂ। ਜਿਹੜੇ ਬੰਦੇ ਆਪਣੇ ਅੰਦਰੋਂ ਇਮਿਊਨਿਟੀ ਘੱਟ ਹੈ ਇਹਨਾਂ ਦੀ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ, ਬੰਦੇ ਦਾ ਸਾਰੇ ਘੁੰਮ ਰਿਹਾ ਇੱਥੇ, ਹਰੇਕ ਬੰਦੇ ਦਾ ਸਾਈਨਸ ਦੀ ਪ੍ਰੋਬਲਮ ਹੀ ਹੁੰਦੀ, ਕੁਛ ਕੁ ਬੰਦਿਆਂ ਨੂੰ ਪਰਟੀਕੁਲਰ ਨੂੰ ਹੋ ਰਹੀ ਹੈ, ਕਿਉਂਕਿ ਉਹਨਾਂ ਦਾ ਉਹ ਪਰਟੀਕੁਲਰ ਏਰੀਆ ਵੀਕ ਹੈ, ਜਾਂ ਪਰਟੀਕੁਲਰਲੀ ਉਹਨਾਂ ਨੂੰ ਉਹਦੀ ਇਮਿਊਨਿਟੀ ਉਹਨਾਂ ਦੀ ਉਸ ਪੁਆਇੰਟ 'ਤੇ ਲੋਅ ਹੈ, ਤਾਂ ਇਹ ਕੁਛ ਦਵਾਈਆਂ ਜਿਹੜੀਆਂ ਉਹਨਾਂ ਦੀ ਪਰਟੀਕੁਲਰ ਇਮਿਊਨਿਟੀ ਨੂੰ ਥੋੜ੍ਹਾ ਇੰਪਰੂਵ ਕਰਦੀਆਂ, ਬਾਕੀ ਅਦਰ ਲਾਈਫ ਸਟਾਈਲ ਇੰਪਰੂਵ ਕਰਕੇ ਆਪਣਾ, ਅਤੇ ਨਾਲ ਇਹ ਮੈਡੀਸਿਨ ਸ਼ੁਰੂ ਕਰੋ ਤਾਂ ਡੈਫੀਨੇਟਲੀ ਬੰਦੇ ਨੂੰ ਰਿਲੀਫ ਮਿਲੇਗਾ। ਤੇ ਦੂਸਰੀ ਇੱਕ ਹੋਰ ਤੁਸੀਂ ਚਿਤਰਕ ਹਰਿਤਗੀ ਅਵਲੇ, ਤੇ ਇਹਦੀ ਅਮਾਊਂਟ ਜਿੱਦਾਂ ਕਿੰਨੀ ਲੈ ਸਕਦੇ ਹਾਂ? ਐਕਚੁਅਲੀ ਇਹ ਮੈਡੀਸਿਨ ਆਉਂਦੀ ਹੈ ਸਾਡੀ ਅਵਲੇ ਫੋਮ ਦੇ ਵਿੱਚ, ਜਿਸ ਤਰ੍ਹਾਂ ਚਵਨਪ੍ਰਾਸ਼ ਹੁੰਦਾ ਨਾ ਸਾਡਾ, ਮਤਲਬ ਸੈਮੀ ਸੋਲਿਡ ਟਾਈਪ, ਓਕੇ, ਪੇਸਟ ਟਾਈਪ, ਜਿਹੜੀ ਪੇਸਟ ਟਾਈਪ, ਪੇਸਟ ਟਾਈਪ ਮੈਡੀਸਿਨ ਹੈ, ਤੇ ਇਹਦੇ ਚ ਚਿਤਰਕ ਤੇ ਹਰਿਤਗੀ, ਹਰਿਤਗੀ ਮਹਾਰਤ, ਚਿਤਰਕ ਹਰਿਤਗੀ ਮੇਨ ਦੋ ਚੀਜ਼ਾਂ ਹੈ। ਇਹ ਜਿਹੜੇ ਬੰਦੇ ਥੋੜ੍ਹੀ ਜਿਹੀ ਪ੍ਰਕਿਰਤੀ ਇਹਨਾਂ ਦੀ ਜ਼ਿਆਦਾ ਗਰਮ ਪ੍ਰਕਿਰਤੀ ਹੈ, ਉਹਨਾਂ ਨੂੰ ਅਸੀਂ ਬਹੁਤ ਘੱਟ ਡੋਜ਼ 'ਚ ਲੈਣ ਵਾਸਤੇ ਕਹਿੰਦੇ ਹਾਂ, ਓਕੇ, ਕਿਉਂ ਚਿਤਰਕ ਇਟਸੈਲਫ ਇਜ਼ ਸਮ ਸੋਰਟ ਆਫ ਪੋਇਜ਼ਨ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਚਿਤਰਕ ਆਮ ਕਰਕੇ, ਪਰ ਉਹ ਕੀ ਕਰਦੀ ਹੈ ਸਾਡੀ ਜ਼ਹਿਰ ਜ਼ਹਿਰ ਨੂੰ ਮਾਰਦੀ ਹੈ ਅੰਦਰ, ਇੱਕ ਤਰ੍ਹਾਂ ਦੀ ਮਤਲਬ ਆਯੁਰਵੇਦ ਦਾ ਇੱਕ ਫੰਡਾਮੈਂਟ ਹੈ ਇੱਦਾਂ ਦਾ। ਤੇ 1/4 ਟੀਸਪੂਨ ਤੋਂ ਬਿਲਕੁਲ ਥੋੜ੍ਹੇ ਤੋਂ ਸ਼ੁਰੂ ਕਰਨਾ, ਜਿੱਦਾਂ ਜਿੱਦਾਂ ਬੰਦੇ ਨੂੰ ਫਿੱਟ ਆਉਂਦੀ ਹੈ ਅਸੀਂ ਧੀਰੇ 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 ਡੋਜ਼ ਉਹਦੀ ਇਨਕਰੀਜ਼ ਕਰਨੀ ਹੈ। ਤੇ ਇਹ ਵੀ ਗਰਮ ਪਾਣੀ ਦੇ ਨਾਲ ਲੈਣੀ? ਗਰਮ ਪਾਣੀ ਨਾਲ ਜੀ, ਹਾਂ, ਇਹਦੇ ਨਾਲ ਬੜਾ ਹੀ ਇੱਕ ਇਫੈਕਟ ਹੁੰਦਾ, ਇਹ ਇਹ 'ਚ ਨਾਲ ਹਰਿਤਗੀ ਪਈ ਹੁੰਦੀ ਹੈ, ਜੇ ਬੰਦੇ ਨੂੰ ਜਿਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਨਾਲ ਨਾਲ ਉਹਨਾਂ ਦਾ ਪੇਟ ਵੀ ਹਮੇਸ਼ਾ ਖਰਾਬ ਹੁੰਦਾ ਹੈ। ਤੁਸੀਂ ਜਦੋਂ ਮਰਜ਼ੀ ਪੇਸ਼ੈਂਟ ਨੂੰ ਪੁੱਛੋਗੇ, ਜਿਹੜੇ ਬੰਦੇ ਨੂੰ ਕੋਲਡ ਸਾਈਨਸ ਦੀ ਪ੍ਰੋਬਲਮ ਹੋਏਗੀ ਤਾਂ ਉਹਨਾਂ ਦਾ ਪੇਟ ਵੀ ਡਿਸਟਰਬ ਰਹੇਗਾ ਹੀ ਰਹੇਗਾ, ਕਿਉਂਕਿ ਜਿਹੜੀ ਇਹ ਜਿਹੜਾ ਸਾਡੀ ਪ੍ਰੋਬਲਮ ਹੈ ਇਹ ਵਾਯੂ ਪ੍ਰਧਾਨ ਹੈ, ਵਾਯੂ ਸਾਡੀ ਇੰਟੈਸਟਾਈਨ ਦੇ ਵਿੱਚ ਬਣਦੀ ਹੈ, ਇੰਟੈਸਟਾਈਨ 'ਚੋਂ ਪੈਦਾ ਹੋ ਕੇ ਇੰਟੈਸਟਾਈਨ ਸਾਰੀ ਬੋਡੀ 'ਚੋਂ ਖਰਾਬ ਹੁੰਦੀ ਜਾ ਕੇ, ਅਤੇ ਜਦੋਂ ਹਰਿਤਗੀ ਹਰਡ ਪਈ ਉਹਦਾ ਪੇਟ ਵੀ ਪ੍ਰੋਪਰ ਸਾਫ਼ ਹੋਣ ਲੱਗ ਜਾਂਦਾ, ਅਤੇ ਉਹ ਵੀ ਟਰੈਕ ਪੂਰਾ ਸਾਫ਼ ਹੋ ਜਾਂਦਾ, ਉੱਤੇ ਵਾਲਾ ਟਰੈਕ ਵੀ ਸਾਫ਼ ਹੋਣਾ ਸ਼ੁਰੂ ਹੋ ਜਾਂਦਾ, ਧੀਰੇ ਧੀਰੇ ਇਸ ਨੂੰ ਮਤਲਬ ਕਵਰ ਕਰਨਾ ਸ਼ੁਰੂ ਕਰ। ਠੀਕ ਆ, ਅਤੇ ਹਰ ਇੱਕ ਇਨਸਾਨ ਦੀ ਵੈਸੇ ਤਾਂ ਆਪ ਆਪਣੀ ਜਿੱਦਾਂ ਬੋਡੀ 'ਤੇ ਡਿਪੈਂਡ ਹੈਗਾ, ਬਟ ਫਿਰ ਵੀ ਜਿੱਦਾਂ ਜੇ ਮੈਡੀਸਨ ਖਾਣ ਲੱਗ ਜਾਂਦਾ ਇਨਸਾਨ, ਤਾਂ ਕਿੰਨੇ ਕੁ ਟਾਈਮ ਦੇ ਵਿੱਚ ਉਹਨਾਂ ਨੂੰ ਫਰਕ ਦੇਖਣ ਨੂੰ ਮਿਲ ਸਕਦਾ? ਦੇਖੋ ਇਹ ਜਿਹੜੀ ਪ੍ਰੋਬਲਮ ਹੈ ਆਪਾਂ ਕਰੋਨਿਕ ਪ੍ਰੋਬਲਮ ਡਿਸਕਸ ਕਰ ਰਹੇ ਹਾਂ, ਜਿਹੜੀਆਂ ਬੰਦੇ ਨੂੰ ਮਤਲਬ
6 ਮਹੀਨਿਆਂ ਤੋਂ ਸਾਲ ਤੋਂ ਲਗਾਤਾਰ ਚੱਲੀ ਆ ਲਗਾਤਾਰ ਦੀ ਕਈ ਵਾਰੀ ਅਕਿਊਟ ਹੁੰਦੀ ਹੈ ਅਕਿਊਟ ਦਾ 2-4 ਦਿਨ ਰਹਿੰਦੀਆਂ ਆ ਜਾਂ 1 ਜਾਂ 2 ਹਫ਼ਤੇ ਰਹਿੰਦੀਆਂ ਆਪਣੇ ਆਪ ਫਿਰ ਠੀਕ ਹੋ ਜਾਂਦੀਆਂ ਵੈਦਰ ਦੇ ਹਿਸਾਬ ਨਾਲ ਜਦੋਂ ਕੋਈ ਵੈਦਰ ਆਇਆ ਜਿਵੇਂ ਇਹ ਵੈਦਰ ਹੈ ਇਸ ਟਾਈਮ ਹੁਣ ਬਾਰਿਸ਼ ਹੋਈ ਪਹਿਲੇ ਕੀ ਸੀਗਾ ਬਹੁਤ ਗਰਮੀ ਸੀ ਅਸੀਂ ਆਯੁਰਵੇਦ ਦੇ ਹਿਸਾਬ ਨਾਲ ਸਾਨੂੰ ਦੱਸਦੇ ਵੀ ਜੋ ਗਰਮੀ ਦੇ ਨਾਲ ਕੀ ਹੁੰਦਾ ਸਰੀਰ ਦੇ ਅੰਦਰ ਵਾਯੂ ਇਕੱਠਾ ਹੋ ਜਾਂਦਾ ਓਕੇ ਇਕੱਠਾ ਹੋ ਜਾਂਦਾ ਪਰ ਸਾਨੂੰ ਪ੍ਰੋਬਲਮ ਕੁਛ ਨਹੀਂ ਕਰਦਾ ਕਿਉਂਕਿ ਜਿਹੜਾ ਵਾਯੂ ਹੈ ਉਹ ਗਰਮ ਚੀਜ਼ ਨਾਲ ਸ਼ਾਂਤ ਰਹਿੰਦਾ ਹੈ ਜਿਵੇਂ ਜੋੜਾਂ ਦੀ ਪ੍ਰੋਬਲਮ ਹੈ ਜੁਆਇੰਟਸ ਪ੍ਰੋਬਲਮ ਹੈ ਠੀਕ ਹੈ ਜੋੜਾਂ ਦੀ ਪ੍ਰੋਬਲਮ ਦੇ ਜ਼ਿਆਦਾ ਗਰਮ ਵਾਤ ਕਰਕੇ ਰੋਗ ਕਰਕੇ ਹੁੰਦਾ ਹੈ ਕੋਲਡ ਵੀ ਜਿਹੜਾ ਆਪਾਂ ਰੈਸਪੀਰੇਟਰੀ ਹੈ ਜਾਂ ਸਾਡਾ ਸਾਹ ਦੀ ਪ੍ਰੋਬਲਮ ਹੈ ਜ਼ਿਆਦਾ ਵਾਤ ਕਰਕੇ ਹੁੰਦੀ ਹੈ ਪਰ ਜਦੋਂ ਬਹੁਤ ਜ਼ਿਆਦਾ ਤੇਜ਼ ਗਰਮੀ ਹੁੰਦੀ ਹੈ ਉਦੋਂ ਕਈਆਂ ਦਬਿਆ ਰਹਿੰਦਾ ਹੈ ਓਕੇ ਖਰਾਬ ਨਹੀਂ ਕਰਦਾ ਸਡਨਲੀ ਬਾਰਿਸ਼ ਹੋਈ ਅਚਾਨਕ ਮੌਸਮ ਠੰਡਾ ਹੋਇਆ ਤਾਂ ਉਹ ਵਾਤ ਠੰਡਾ ਹੋਣ ਨਾਲ ਆਪਣੀ ਡਿਸਟ੍ਰਕਸ਼ਨ ਸ਼ੁਰੂ ਕਰ ਦਿੰਦੀ ਹੈ ਨਾਲ ਦੀ ਨਾਲ ਉਸ ਤੋਂ ਅਗਲੇ ਦਿਨ ਹੀ ਬੰਦਾ ਸਵੇਰੇ ਉੱਠੇਗਾ ਉਹਦੀ ਬਾਡੀ ਪੂਰੀ ਜਕੜੀ ਹੋਏਗੀ ਜੁਆਇੰਟਸ ਪੇਨ ਹੋ ਰਿਹਾ ਹੋਏਗਾ ਹੱਥ ਮੱਥਾ ਉਹਦਾ ਸਾਰਾ ਜਾਮ ਹੋਇਆ ਪਿਆ ਹੋਏਗਾ ਸਾਰੀ ਸਰੀਰ ਉਹਦੀ ਉਹ ਕੀ ਹੁੰਦਾ ਉਹਨੂੰ ਕਹਿੰਦਾ ਵੱਤ ਦਾ ਪ੍ਰਕੋਪ ਹੋ ਗਿਆ ਹੁਣ ਇਸ ਮੌਸਮ ਦੇ ਵਿੱਚ ਮਤਲਬ ਇਹੀ ਹੋ ਰਿਹਾ ਮਤਲਬ ਇਸ ਕਰਕੇ ਮਤਲਬ ਇਹ ਕਰਦੇ ਸੀ ਜੇ ਜਿੱਦਾਂ ਹੁਣ ਠੰਡ ਦੇ ਵਿੱਚ ਆਪਾਂ ਜੇ ਗੱਲ ਕਰੀਏ ਏਸੀ ਜਿਹੜੀ ਆ ਕਿਉਂਕਿ ਆਮ ਹੀ ਆ ਹੁਣ ਆਪਾਂ ਨੂੰ ਆਦਤ ਪੈ ਗਈ ਹਰ ਇੱਕ ਨੂੰ ਕਿ ਰਾਤ ਨੂੰ ਵੀ ਏਸੀ ਫੁੱਲ ਛੱਡ ਕੇ ਸੌਣਾ ਭਾਵਾਂ ਉੱਪਰ ਰਜਾਈ ਕੰਬਲ ਲੈ ਕੇ ਕਿਉਂ ਨਾ ਪਹਿਣ ਅਤੇ ਕੀ ਜਿਹੜੇ ਇਸ ਬਿਮਾਰੀ ਤੋਂ ਸਫ਼ਰ ਕਰ ਰਹੇ ਆ ਏਸੀ ਵਗੈਰਾ ਦਾ ਕਿੰਨਾ ਕੁ ਅਵੋਇਡ ਕਰਨਾ ਚਾਹੀਦਾ ਏਸੀ ਇਹਨਾਂ ਨੂੰ ਬਹੁਤ ਖਰਾਬ ਕਰਦਾ ਜੀ ਦੇਖੋ ਏਸੀ ਰੂਮ ਦੇ ਅੰਦਰ ਜਿਹੜਾ ਟੈਂਪਰੇਚਰ ਨੂੰ ਲੋ ਕਰਦਾ ਸਾਡੇ ਅੰਦਰ ਦਾ ਮੋਇਸਚਰ ਜਿਹੜਾ ਸਾਰਾ ਉਹਨੂੰ ਰੂਮ ਦੇ ਅੰਦਰੋਂ ਖਿੱਚ ਕੇ ਬਾਹਰ ਸੁੱਟਦਾ ਉਹਨੂੰ ਇਹ ਸਾਡੀ ਬੋਡੀ ਦੇ ਮੋਇਸਚਰ ਨੂੰ ਵੀ ਅੰਦਰੋਂ ਬਾਹਰ ਲੈ ਕੇ ਆਉਂਦਾ ਸਾਡੇ ਨੱਕ ਦੇ ਅੰਦਰ ਸਾਡੇ ਅੱਖਾਂ ਦੇ ਅੰਦਰ ਸਾਡੇ ਗਲੇ ਦੇ ਅੰਦਰ ਤੱਕ ਸਵੇਰ ਤੱਕ ਦੇਖੋਗੇ ਸਾਰਾ ਡਰਾਈ ਹੋਇਆ ਪਿਆ ਹੁੰਦਾ ਉਹ ਡਰਾਈ ਇਸ ਕਰਕੇ ਹੁੰਦਾ ਜਿੰਨਾ ਮੋਇਸਚਰ ਸਾਡਾ ਬੋਡੀ ਦਾ ਉਹ ਸਾਡਾ ਏਸੀ ਦੇ ਰੇਤੀ 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 ਖਿੱਚ ਕੇ ਬਾਹਰ ਸੁੱਟ ਜਾਂਦਾ ਕਿਉਂਕਿ ਜਿਹੜੀ ਚੀਜ਼ ਦਾ ਮੋਇਸਚਰ ਅਸੀਂ ਖਿੱਚਦਾ ਉਹ ਚੀਜ਼ ਰੁੱਖ ਹੋ ਗਈ ਰੁੱਖੀ ਹੋ ਗਈ ਅੰਦਰੋਂ ਜਿਹੜਾ ਵਾਤ ਹੈ ਉਹ ਰੁਕਸ਼ਤਾ ਨਾਲ ਬਹੁਤ ਜ਼ਿਆਦਾ ਵੱਧ ਹੈ ਠੰਡ ਦੇ ਰੁਕਸ਼ਤਾ ਵਾਯੂ ਦੇ ਉਲਟਾ ਹੈ ਇਹਦਾ ਉਲਟਾ ਸਨਿਗਧਤਾ ਮਤਲਬ ਅਸੀਂ ਓਇਲੀ ਚੀਜ਼ ਯੂਜ਼ ਕਰਦੇ ਹਾਂ ਅਤੇ ਗਰਮ ਚੀਜ਼ ਯੂਜ਼ ਕਰਦੇ ਹਾਂ ਉਹਦਾ ਨਾਲ ਵਾਤ ਸ਼ਾਂਤ ਹੁੰਦੀ ਹੈ ਪਰ ਏਸੀ ਦੋਨੇ ਉਹਨਾਂ ਦੇ ਬਿਲਕੁਲ ਓਪੋਜਿਟ ਹੈ ਇਹ ਰੁਕਸ਼ਤਾ ਕਰਦਾ ਅਤੇ ਨਾਲ ਠੰਡਕ ਦੇ ਰਿਹਾ ਉਹ ਇਹ ਚੀਜ਼ ਨੂੰ ਤਾਂ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਇਨਕਰੀਜ਼ ਕਰੇਗਾ ਹੈ ਅਤੇ ਲਾਸਟ ਕੁਐਸਚਨ ਮੈਂ ਇਹ ਕਰਦੀ ਹਾਂ ਕਿ ਖਾਣ ਪੀਣ ਦਾ ਜਿਹੜਾ ਹੈਗਾ ਕਿ ਚੀਜ਼ਾਂ ਅਵੋਇਡ ਕਰਨੀ ਚਾਹੀਦੀਆਂ ਅਤੇ ਕੀ ਕੀ ਖਾਣੀਆਂ ਚਾਹੀਦੀਆਂ ਜਿਹਨਾਂ ਨੂੰ ਤਾਂ ਆਪਾਂ ਰੈਸਪੀਰੇਟਰੀ ਟ੍ਰੈਕ ਦੀ ਪ੍ਰੋਬਲਮ ਹੈ ਉਹਨੂੰ ਠੰਡਾ ਤਾਂ ਬਿਲਕੁਲ ਨਹੀਂ ਖਾਣਾ ਚਾਹੀਦਾ ਠੰਡਾ ਉਹਨਾਂ ਵਾਸਤੇ ਜ਼ਹਿਰ ਹੈ ਚਾਹੇ ਕੋਈ ਆਈਸਕ੍ਰੀਮ ਹੈ ਚਾਹੇ ਠੰਡਾ ਖਾਣਾ ਹੈ ਚਾਹੇ ਕੋਈ ਵੀ ਚੀਜ਼ ਜਿਹੜੀ ਠੰਡੀ ਆ ਉਹ ਖਰਾਬ ਹੈ ਉਹਨਾਂ ਨੂੰ ਹਮੇਸ਼ਾ ਗਰਮ ਫੂਡ ਗਰਮ ਚਾਹ ਜਾਂ ਗਰਮ ਕਾੜੇ ਇਹਨਾਂ ਚੀਜ਼ਾਂ ਨੂੰ ਇਹ ਤਾਂ ਹੁਣ ਅੱਜ ਕੱਲ੍ਹ ਗਰਮੀ ਦੇ ਮੌਸਮ 'ਚ ਹਰ ਇੱਕ ਹੀ ਚਾਹੁੰਦਾ ਕਿ ਮੈਂ ਕੁਛ ਨਾ ਕੁਛ ਠੰਡਾ ਪੀਵਾਂ ਚਾਹੇ ਲੱਸੀ ਦੀ ਗੱਲ ਕਰੀਏ ਚਾਹੇ ਅੱਜ ਕੱਲ੍ਹ ਨਿੰਬੂ ਪਾਣੀ ਹੋ ਗਿਆ ਜਾਂ ਕੁਛ ਵੀ ਆ ਇਹਨਾਂ ਦੇ ਨਾਲ ਤਾਂ ਨਹੀਂ ਕੁਛ ਫਰਕ ਪੈਂਦਾ ਸਾਇੰਸ ਵਾਲੇ ਬੰਦੇ ਨੂੰ ਤਾਂ ਫਰਕ ਪੈਂਦਾ ਹੀ ਇਹਦੇ ਨਾਲ ਉਹ ਇਹਦੀ ਬਜਾਏ ਅਸੀਂ ਗ੍ਰੀਨ ਟੀ ਪੀਂਦੇ ਹਾਂ ਗ੍ਰੀਨ ਟੀ ਜ਼ਿਆਦਾ ਫਾਇਦਾ ਕਰੇਗੀ ਹੁਣ ਇੱਕਦਮ ਚੀਜ਼ ਬਹੁਤ ਜ਼ਿਆਦਾ ਗਰਮ ਹੈ ਜੀ ਹੁਣ ਇੱਕ ਇੱਦਾਂ ਹੀ ਅੰਬ ਲੈ ਲਓ ਆਪਾਂ ਜੀ ਲੋਹਾ ਬਹੁਤ ਤੇਜ਼ ਗਰਮ ਹੋਇਆ ਪਿਆ ਜੀ ਹਨਾ ਉਹਦੇ ਉੱਪਰ ਇੱਕਦਮ ਠੰਡਾ ਪਾਣੀ ਪਾਤਾ ਉਸ ਤੋਂ ਬਾਅਦ ਉਹ ਕੀ ਬ੍ਰਿਟਲ ਹੋ ਜਾਂਦਾ ਬ੍ਰੇਕ ਹੋਣਾ ਸ਼ੁਰੂ ਹੋ ਜਾਂਦਾ ਇੱਦਾਂ ਹੀ ਸਾਡੀ ਬੋਡੀ ਬਹੁਤ ਜ਼ਿਆਦਾ ਹੀਟ ਅਪ ਹੋਈ ਹੋਈ ਹੈ ਇੱਕਦਮ ਠੰਡਾ ਪਾਣੀ ਅਸੀਂ ਅੰਦਰ ਸਿੱਟਿਆ ਤਾਂ ਉਹ ਖਰਾਬ ਹੀ ਕਰੇਗਾ ਜੀ ਠੰਡਾ ਅਤੇ ਗਰਮ ਇੱਕਦਮ ਗਰਮ ਸਰਦ ਕਰਦਾ ਅਤੇ ਅਸੀਂ ਵੈਸੇ ਵੀ ਇਹ ਕਹਿੰਦੇ ਹਾਂ ਵੀ ਗਰਮ ਸਰਦ ਕੀ ਹੁੰਦਾ ਜਦੋਂ ਅਸੀਂ ਗਰਮੀ ਤੋਂ ਸਰਦੀ 'ਚ ਐਂਟਰ ਕਰਦੇ ਹਾਂ ਸਰਦੀ ਤੋਂ ਗਰਮੀ 'ਚ ਐਂਟਰ ਕਰਦੇ ਹਾਂ ਉਦੋਂ ਅਸੀਂ ਬਿਮਾਰ ਹੁੰਦੇ ਹਾਂ ਪਰ ਅਸੀਂ ਡੇਲੀ ਗਰਮ ਸਰਦ ਹੋ ਜਾਂਦੇ ਹਾਂ ਹਰ ਰੋਜ਼ ਹੀ ਗਰਮੀ ਆ ਗਈ ਠੰਡੀ ਗਰਮ ਹੋ ਗਿਆ ਠੰਡਾ ਹੋ ਗਿਆ ਤਾਂ ਉਦੋਂ ਅਸੀਂ ਆਪਣੇ ਆਪ ਜਿਵੇਂ ਇੰਨੀ ਗਰਮੀ ਦੇ ਵਿੱਚ ਠੰਡੀ ਚੀਜ਼ ਨਹੀਂ ਠੀਕ ਹੈਗੀ ਆਪਾਂ ਲੈ ਲੈਂਦੇ ਹਾਂ ਉਹ ਤਾਂ ਇੱਕ ਸਾਡੀ ਤ੍ਰਿਸ਼ਨਾ ਹੈ ਅਸੀਂ ਵੀ ਗਰਮ ਆਏ ਠੰਡਾ ਕਰ ਲਓ ਠੰਡਾ ਠੰਡਾ ਪਾਣੀ ਪਾ ਲਓ ਉੱਪਰ ਅਦਰਵਾਈਜ਼ ਗਰਮੀ ਦੇ ਵਿੱਚ ਵੀ ਸਾਡੀ ਬੋਡੀ ਟੈਂਪਰੇਚਰ 'ਤੇ ਹੀ ਚੀਜ਼ ਲੈਣੀ ਚਾਹੀਦੀ ਹੈ ਜੇ ਗਰਮੀਆਂ 'ਚ ਸਰਦੀ ਹੈ ਅਤੇ ਡਾਕਟਰ ਸਾਹਿਬ ਬਹੁਤ ਵਧੀਆ ਲੱਗਾ ਜਾਣਕਾਰੀ ਅਤੇ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਵੀ ਅੱਜ ਦੀ ਜਾਣਕਾਰੀ ਪਸੰਦ ਆਈ ਹੋਊਗੀ ਅਤੇ ਟਾਈਮ ਹੋ ਗਿਆ ਹੁਣ ਆਪਣਾ ਜਾਣ ਦਾ ਅਤੇ ਥੈਂਕ ਯੂ ਸੋ ਮੱਚ ਇੱਕ ਵਾਰ ਫਿਰ ਥੈਂਕ ਯੂ ਅਤੇ ਦੋਸਤੋ ਉਮੀਦ ਕਰਦੀ ਹਾਂ ਅੱਜ ਦਾ ਐਪੀਸੋਡ ਪਸੰਦ ਆਇਆ ਹੋਊਗਾ ਡਾਕਟਰ ਸਾਹਿਬ ਨੇ ਜਿੰਨੀ ਕੁ ਜਾਣਕਾਰੀ ਤੁਹਾਨੂੰ ਦਿੱਤੀ ਆ ਅਤੇ ਤੁਹਾਡੀ ਲਈ ਬਹੁਤ ਹੀ ਵੈਲਿਊਬਲ ਹੋਊਗੀ ਹੋਰ ਵੀ ਜੇਕਰ ਤੁਸੀਂ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਇੰਸ ਇਸ ਬਾਰੇ ਅਤੇ ਆਯੁਰਵੈਦਿਕ ਦੀ ਮੈਡੀਸਨ ਜੋ ਡਾਕਟਰ ਸਾਹਿਬ ਨੇ ਦੱਸੀ ਆ ਉਹਦੇ ਬਾਰੇ ਤੁਸੀਂ ਹੋਰ ਵੀ ਜਾਣਕਾਰੀ ਲੈਣੀ ਆ ਸਕਰੀਨ 'ਤੇ ਨੰਬਰ ਜੋ ਹੈਗੇ ਉਹਨਾਂ ਦੇ ਥਰੂ ਸਾਨੂੰ ਕੰਟੈਕਟ ਕਰ ਸਕਦੇ ਹੋ ਜੇਕਰ ਹੋਰ ਵੀ ਤੁਸੀਂ ਆਪਣੀ ਕੋਈ ਇਨਫੋਰਮੇਸ਼ਨ ਹਾਸਿਲ ਕਰਨਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦੇ ਉੱਪਰ ਸ਼ੋਅ ਦੇਖਣਾ ਚਾਹੁੰਦੇ
ਕਰਨੀ ਹੋ ਤਾਂ ਸਾਨੂੰ ਜ਼ਰੂਰ ਆਪਣਾ ਕੰਟੈਕਟ ਦੇ ਵਿੱਚ ਦੱਸ ਸਕਦੇ ਹੋ ਅਤੇ ਨੈਕਸਟ ਟਾਈਮ ਅਸੀਂ ਤੁਹਾਡੇ ਜੋ ਇਨਫੋਰਮੇਸ਼ਨ ਹੋ ਗਈ ਉਹ ਜ਼ਰੂਰ ਅਤੇ ਨਾਲੇ ਨਾਲੇ ਜੇਕਰ ਤੁਸੀਂ ਜਿਹੜਾ ਸ਼ੋਅ ਦੇਖਣਾ ਚਾਹੁੰਦੇ ਹੋ ਉਹ ਵੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਹੁਣ ਲੈਂਦੇ ਹਾਂ ਇਜਾਜ਼ਤ ਦੋਸਤੋ, ਮਿਲਦੇ ਹਾਂ ਨੈਕਸਟ ਐਪੀਸੋਡ ਦੇ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ।